ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਪਿਛਲੇ ਦਿਨਾਂ ਤੋਂ ਸਾਡੇ ਗੁਰਦੁਆਰਾ ਬਾਬਾ ਭੂਰੇ ਵਾਲਾ ਸਾਹਿਬ ਤੋਂ ਐਬੋਵਾਲ ਕਲਾਂ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੁੱਖ ਰੱਖ ਕੇ, ਅਤੇ ਅੱਜ ਜੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਬੜੀ ਧੂਮਧਾਮ ਨਾਲ ਸੰਗਤਾਂ ਦੇ ਸਹਿਯੋਗ ਨਾਲ, ਅਤੇ ਸੰਗਤਾਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ, ਅਤੇ ਨਾਲ ਹੀ ਆਪਣੀ ਟੀਮ ਸਾਰੀ ਜਿਹੜੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹਦਾ ਵੀ ਧੰਨਵਾਦੀ ਹਾਂ। ਨਾਲ ਹੀ ਅਸੀਂ ਛੋਟੇ ਬੱਚਿਆਂ ਦੇ ਕੀਰਤਨ ਕਰਵਾਏ ਜਾ ਰਹੇ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ, ਉਤਸ਼ਾਹ ਦਿੱਤਾ ਜਾਏਗਾ ਕਿ ਗਾਂ ਵਧਣ ਅਤੇ ਆਪਣੇ ਸਿੱਖ ਕੌਮ ਨਾਲ ਜੁੜਨ। ਧੰਨਵਾਦ। ਬਾਬਾ ਭੂਰੀ ਵਾਲਾ ਗੁਰਦੁਆਰਾ ਸਾਹਿਬ ਵਿੱਚ ਐਬੋਵਾਲ ਕਲਾਂ ਵਿਖੇ ਅਤੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ, ਅਤੇ ਪ੍ਰਭਾਤ ਫੇਰੀਆਂ ਵੀ ਨਿਕਲੀਆਂ ਨੇ, ਸੰਗਤਾਂ ਨੇ ਬਹੁਤ ਹੀ ਸਹਿਯੋਗ ਕੀਤਾ, ਆਹ ਨਾਲ ਸਾਰਿਆਂ ਨੇ ਆ ਕੇ ਇੱਥੇ ਗੁਰਬਾਣੀ ਸਰਵਣ ਕੀਤੀ, ਅਤੇ ਨਾਲ ਹੀ ਜਿਵੇਂ ਮੇਰੇ ਵੀਰ ਨੇ ਦੱਸਿਆ ਅਤੇ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਵੀ ਆਪਣੀ ਸਿੱਖੀ ਨਾਲ ਜੁੜੋ ਅਤੇ ਆਪਣਾ